ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਅੱਜ ਤਕਰੀਬਨ 23 ਅਪ੍ਰੈਲ ਦਾ ਦਿਨ ਹੈ ਜੀ, ਅਤੇ ਇਸ ਵੇਲੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਇੱਥੇ ਗ੍ਰਹਿ ਵਿਖੇ ਰੁਕੇ ਹੋਏ ਹਾਂ ਜੀ। ਇਹ ਰਾਜਨ ਸਿੰਘ ਜਿਹੜਾ ਰਬਾਬ 'ਤੇ ਅਕਸਰ ਆਪ ਜੀ ਵੇਖਦੇ ਹੋਊਗੇ, ਜਦੋਂ ਇੱਥੇ USA ਵਿਖੇ ਕੀਰਤਨ ਹੁੰਦਾ ਤਕਰੀਬਨ, ਨਾਲ ਰਬਾਬ ਦੀ ਸੇਵਾ 'ਤੇ ਹੁੰਦਾ ਸਿੰਘ ਰਾਜਨ ਸਿੰਘ, ਅਤੇ ਉਹ ਉਹਨਾਂ ਦੇ ਗ੍ਰਹਿ ਵਿਖੇ ਰਾਤ ਦੇ ਇੱਥੇ ਆਏ ਹੋਏ ਹਾਂ ਜੀ। ਅਤੇ ਇਸ ਵੇਲੇ ਆਪਾਂ ਬਲੌਗ ਦੀ ਸ਼ੁਰੂਆਤ ਕਰ ਰਹੇ ਹਾਂ। ਅੱਜ ਦਿਨ ਦੇ ਜਿਸ ਤਰ੍ਹਾਂ ਰੁਝੇਵਾਂ ਬਣਦਾ ਆਪ ਸੰਗਤਾਂ ਨਾਲ ਸਾਂਝਾ ਕਰਾਂਗੇ, ਨਾਲ ਨਾਲ ਗੱਲਬਾਤ ਇਸੇ ਤਰ੍ਹਾਂ ਕਰਦੇ ਰਵਾਂਗੇ ਜੀ। ਫਿਰ ਮਿਲਦੇ ਹਾਂ ਆਪਾਂ ਥੋੜ੍ਹੀ ਦੇਰ ਬਾਅਦ। ਹਾਂਜੀ, ਸਤਿਸੰਗ ਜੀ, ਇਹਨਾਂ ਦੇ ਗ੍ਰਹਿ ਵਿਖੇ ਇਹਨਾਂ ਨੇ ਨਵਾਂ ਹੀ ਗ੍ਰਹਿ ਬਣਾਇਆ ਤਕਰੀਬਨ, ਅਤੇ ਸਵੀਵਿੰਗ ਪੂਲ ਵੀ ਨਾਲ ਬਣਾਇਆ ਹੋਇਆ, ਅਤੇ ਇੱਥੇ ਗਰਮ ਪਾਣੀ ਦਾ ਇਹਦੇ ਵਿੱਚ ਪ੍ਰਬੰਧ ਹੈ, ਕਿਉਂਕਿ ਪਾਣੀ ਵਿੱਚ ਬੈਠਣ ਨਾਲ ਵੀ ਸਰੀਰ ਦੀ ਵੀ ਐਕਸਰਸਾਈਜ਼ ਹੁੰਦੀ ਹੈ ਥੋੜ੍ਹਾ, ਅਤੇ ਉਹ ਵੀ ਇੱਥੇ ਇਹਨਾਂ ਦੇ ਪ੍ਰਬੰਧ ਕੀਤਾ ਹੋਇਆ। ਗਰਮ ਪਾਣੀ ਦਾ ਇੱਕ ਪਾਸੇ ਠੰਡਾ ਪਾਣੀ, ਇੱਕ ਪਾਸੇ ਗਰਮ ਪਾਣੀ, ਅਤੇ ਰਾਤੀ ਇੱਥੇ ਵੀ ਉਹ ਸਵੀਵਿੰਗ ਵਿੱਚ ਨਹਾਉਣ ਦਾ ਵੀ ਸਮਾਂ ਮਿਲਿਆ, ਅਤੇ ਨਾਲ ਨਾਲ ਇਸੇ ਤਰ੍ਹਾਂ ਆਪਾਂ ਜੁੜੇ ਰਹਿਣਾ। ਭਾਜੀ ਸ਼ੁਕਰ ਜਿਹਾ ਕਰਦੇ ਮੈਡਮ ਜੀ, ਕਰਦੇ ਫਿਰ ਦਵਾਂ ਫਰੂਟ ਨਾ ਬਾਅਦ। ਫਰੂਟ ਤਿਆਰ, ਚਲੋ ਫਿਰ ਪਾਓ ਨਾ, ਚੈੱਕ ਕਰਦੇ ਮੈਡਮ। ਸ਼ੁਕਰ ਭਾਜੀ, ਮੈਂ ਲੈ ਆਇਆ ਮਸ਼ੀਨ, ਤੁਸੀਂ ਫਿਰ ਦਿੰਦੇ ਚਲੋ ਜਾਓ। ਮਨਦੀਪ ਭਾਈ ਸਵੀਵਿੰਗ ਕਰ ਰਹੇ ਨੇ, ਹੈ ਉਹ ਰਾਜਨ ਆ ਗਿਆ, ਰਾਜਨ ਵੀ ਆ ਗਿਆ, ਰਾਜਨ ਆ ਗਿਆ, ਰਾਜਨ ਆ ਗਿਆ। ਮਨਦੀਪ ਭਾਈ ਕਰ ਲੈਂਦੇ ਆ, ਗੁਰਬਾਸਮ ਲਾਈਵ ਲਾਈਵ ਲੱਗ ਗਿਆ ਜੀ, ਆ ਜਿਓ ਮੈਨੂੰ ਨਾ ਲਿਓ, ਹਾਂਜੀ ਸਤਿਸੰਗਤ ਜੀ, ਇਹ ਸਾਡੇ ਰਾਜਨ ਜੀ ਜਿਹੜੇ ਹੈਗੇ ਨੇ ਰਬਾਬੀ, ਉਹਨਾਂ ਦੇ ਪਾਪਾ ਨੇ ਜੀ, ਅੰਮ੍ਰਿਤ ਭਾਜੀ ਗਰੇਵਾਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਾਮ ਦਾ ਟਾਈਮ ਹੈ ਜੀ, 8:30 ਵੱਜ ਗਏ ਨੇ, ਅਤੇ ਕਹਿੰਦੇ ਵੀ ਆਪਾਂ ਠੰਡਾ
ਅੱਛਾ ਜੀ ਨਾਲ ਵੀ ਐਕਸਰਸਾਈਜ਼ ਹੁੰਦਾ ਹੈ ਜੀ ਸਰੀਰ ਦੀ ਥੋੜੀ, ਤੇ ਰਮਨ ਦਾ ਥੋੜਾ ਲੱਕ ਦੁਖ ਰਿਹਾ ਸੀ ਤੇ ਇਸ ਗਰਮ ਪਾਣੀ ਦੇ ਨਾਲ ਲੱਕ ਵੀ ਠੀਕ ਹੋ ਜਾਊਗਾ ਇਹਦਾ। ਮੇਰਾ ਬਹੁਤ ਜ਼ਿਆਦਾ ਲੱਕ ਦੁਖ ਰਿਹਾ ਬੜੇ ਦਿਨਾਂ ਤੋਂ, ਪਤਾ ਨਹੀਂ ਇੱਥੇ ਆ ਕੇ ਹੋ ਗਿਆ। ਥੋੜੇ ਮੰਜੇ ਜੇ ਇਹ ਜੇ ਨੇ, ਮੰਜੇ ਨੇ ਵੀਰ ਜੀ, ਬੈੱਡ ਮੰਜੇ ਇੰਡੀਆ 'ਚ, ਮੰਜੇ ਸਾਡੇ ਇੰਡੀਆ 'ਚ ਆ ਜੀ। ਬੈੱਡ ਤਾਂ ਠੀਕ ਨੇ ਇੱਥੇ, ਬੈੱਡ ਦੇ ਉੱਤੇ ਜਿਹੜੇ ਗੱਦੇ ਨੇ ਨਾ, ਹਾਂ ਉਹ ਫੋਲਦੇ ਨੇ ਜਾਂ ਫੋਲਦੇ ਨੇ। ਹਾਂ ਲਓ ਜੀ, ਮੈਂ ਵੀ ਆ ਗਿਆ ਵਿੱਚ ਨਾਲ, ਪਹਿਲਾਂ ਬਾਹਰ ਖੜ੍ਹੇ ਹਾਂ। ਬੜਾ ਮਜ਼ਾ ਆ ਰਿਹਾ ਜੀ, ਪਾਣੀ ਪੂਰਾ ਗਰਮ ਹੈ, ਇੱਧਰਲੇ ਪਾਸੇ ਦੀ ਘੁੰਮ ਜਾਂਦੇ ਹਾਂ। ਇੱਧਰ ਦੇਖੋ ਜੀ, ਆਹ ਹਾ 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 ਭਾਈ ਤੁਸੀਂ ਚੱਲ ਚੱਲੀ ਜਾਓ ਭਾਵੇਂ ਉੱਧਰ, ਲਓ ਜੀ ਲਓ ਭਾਵੇਂ ਤੁਰ ਜਾਓ ਭਾਵੇਂ। ਬਾਹਰ ਹਵਾ ਚੱਲ ਰਹੀ ਹੈ ਜੀ ਪੂਰੀ, ਇਸ ਟਾਈਮ ਬਾਹਰ ਨਿਕਲਾਂਗੇ ਤਾਂ ਠੰਡ ਲੱਗੀ ਹੋ। ਹਾਂਜੀ ਨਾਸ਼ਤਾ ਹੋ ਗਿਆ ਜੀ ਸਾਡਾ, ਹੁਣ ਆਪਾਂ ਸੈਰ ਕਰ ਰਹੇ ਹਾਂ ਅਤੇ ਆਹ ਸਵਿਮਿੰਗ ਪੂਲ ਹੈ ਜਿੱਥੇ ਰਾਤੀ ਨਹਾਤੇ ਜੀ ਸਾਰੇ, ਅਤੇ ਹੁਣ ਅਸੀਂ ਇੱਥੇ ਨਾਲੇ ਸੈਰ ਕਰਕੇ ਅਤੇ ਹੁਣ ਆਪਾਂ ਅੱਗੇ ਵੀ ਜਾਣਾ। ਹਾਂਜੀ ਸਾਧ ਸੰਗਤ ਜੀ, ਇਹ ਮੋਟਰਸਾਈਕਲ ਜੀ ਹਾਰਲੇ, ਇਹ ਪੁਰਾਣੇ ਮੋਟਰਸਾਈਕਲ ਨੇ, ਇਹਦਾ ਜਿਹੜਾ ਹੈਂਡਲ ਹੈ ਨਾ ਜੀ ਇੰਨਾ ਭਾਰੀ ਆ, ਬਹੁਤ ਜ਼ਿਆਦਾ ਭਾਰੀ ਆ। ਲਾ ਭਰਾਵਾ ਕਰਕੇ ਬਣਾਏ ਨੇ ਵੀ ਜਦੋਂ ਹਾਈਵੇ 'ਤੇ ਇਹਨਾਂ ਨੇ ਜਾਣਾ ਅਤੇ ਜੇ ਹਲਕੇ ਹੋਣ ਤਾਂ ਜਿਹੜੇ ਟਰੱਕ ਆਉਂਦੇ ਨੇ ਇੰਨੇ ਵੱਡੇ ਵੱਡੇ ਟਰਾਲੇ ਉਹ ਤਾਂ ਹਿਲਾ ਦੇਣਗੇ, ਇਸ ਕਰਕੇ ਭਾਰੇ ਬਣਾਏ ਨੇ ਵੀ ਕੋਈ ਫਰਕ ਨਹੀਂ ਪੈਂਦਾ। ਫਿਰ ਇਹ 120 'ਤੇ ਜਾਂਦਾ ਜੀ। ਬਹੁਤ ਭਾਰੀ ਆ ਸਾਧ ਸੰਗਤ ਜੀ, ਹੈਂਡਲ ਬਹੁਤ ਭਾਰੀ ਇਹਦਾ, ਆਹ ਮੈਂ ਨਹੀਂ ਚਲਾ ਸਕਦਾ ਇਹਨੂੰ। ਉਹ ਰੇਸ ਤਾਂ ਦੇ ਦੇ, ਰੇਸ ਕਿਹਨੂੰ ਦਿੰਦਾ, ਇੱਕ ਕਿਹੜਾ ਹੋਰ ਸਹੀ, ਚੱਲ ਚੱਲ ਜਾਣ ਦੇ ਗੇਟ 'ਚ ਮਾਰ ਦੇ। ਰੇਸ ਦੇ ਦੇ ਰੇਸ, ਸਾਡੇ ਨਾਲ ਜਾ ਰਿਹਾ ਜੋਸ਼ੀ ਜਾ ਰਿਹਾ ਜੀ, ਇਹ ਸਾਡੀ ਗੱਡੀ 'ਚ ਬੈਠਾ ਹੈ ਨਾਲ, ਅਤੇ ਮਨਦੀਪ ਭਾਈ ਦੇ ਪੈਰ ਨਹੀਂ ਸਿੱਧੇ ਹੋ ਰਹੇ ਅਤੇ ਇਹ ਜਗ੍ਹਾ ਲੱਭ ਰਿਹਾ ਬੈਠਣ ਨੂੰ, ਇਹਨੂੰ ਅਸੀਂ ਹੁਣ ਪਿੱਛੇ ਸ਼ਿਫਟ ਕਰ ਰਹੇ ਹਾਂ।
ਤੇ ਇਹ ਕਹਿੰਦਾ ਹੁਣ ਜਾਣਾ ਜ਼ਰੂਰ ਹੈ, ਮੈਂ ਪਹਿਲਾਂ ਬਹਿ ਗਿਆ ਵਿੱਚ, ਮੈਨੂੰ ਛੱਡ ਨਾ ਜਾਣ। ਹੁਣ ਜੋਸ਼ੀ ਨੂੰ ਨੀਚੇ ਨਹੀਂ ਉਤਰ ਰਿਹਾ, ਉਹਨੂੰ ਇਹ ਫਿਕਰ ਪੈ ਗਿਆ ਮੈਨੂੰ ਨੀਚੇ ਤਾਰ ਜਾਣਾ ਇਹਨਾਂ। ਚੱਲ ਜੋਸ਼ੀ ਨੀਚੇ, ਚੱਲ 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 ਚੱਲ, ਗੋ ਬੈਕ। ਨਹੀਂ ਜਾ ਰਿਹਾ, ਇਹ ਨਹੀਂ ਜਾ ਰਿਹਾ, ਇਹਨੂੰ ਪਤਾ ਮੈਨੂੰ ਛੱਡ ਜਾਣਾ ਇਹਨਾਂ। ਲਓ ਜੀ ਜੋਸ਼ੀ ਨੂੰ ਪਿੱਛੇ ਭਾਤਾ ਆਪਾਂ, ਵਾਲ ਪੂਰੇ ਲਾ ਰਹੇ ਸਾਰੇ, ਪਿੱਛੇ ਬਿਠਾ ਤਾ, ਥੋੜਾ ਇਹਦੀ ਸਿਹਤ ਵੀ ਬੜੀ ਜਵਾਨ ਹੈ, ਜਵਾਨ ਕਹਿ ਸਕਦੇ, ਬੁੱਢਾ ਹੋ ਗਿਆ ਥੋੜਾ ਜਿਹਾ, ਪਰ ਪਿੱਛੇ ਬੈਠ ਗਿਆ ਹੁਣ। ਤੇ ਇੱਥੋਂ ਸਾਨੂੰ ਤਿੰਨ ਚਾਰ ਚਾਰ ਪੰਜ ਸਾਢੇ ਚਾਰ ਘੰਟੇ ਭਾਜੀ ਲੱਗਣਗੇ, ਸਾਢੇ ਚਾਰ ਸਤਿ ਸੰਗਤ ਜੀ। ਇਸ ਵੇਲੇ ਆਹ ਜਿਹੜੀ ਜਗ੍ਹਾ ਪਹੁੰਚਿਆ ਜੀ, ਇਹਦਾ ਨਾਮ ਹੈ ਅਰੋਯੋ ਗ੍ਰਾਂਡੇ। ਇੱਥੇ ਪਹੁੰਚਿਆ ਜੀ, ਅਤੇ ਇਹ ਤਕਰੀਬਨ 300-400 ਕਿਲੋਮੀਟਰ 'ਚ ਆ ਗਏ ਹੋਣਗੇ ਇਸ ਲਈ। ਅਤੇ ਇੱਥੇ ਪਹੁੰਚਿਆ ਇਸ ਵੇਲੇ ਹੁਣ ਪਰਮਜੀਤ ਸਵਰਨ ਹੋਰਾਂ ਦੇ ਗ੍ਰਹਿ ਵਿਖੇ, ਅਤੇ ਡਾਕਟਰ ਸਾਹਿਬ ਨੇ ਇੱਥੇ, ਇਹਨਾਂ ਕੋਲ ਪਹੁੰਚੀਆਂ ਰਾਜਨ ਦੇ ਭੂਆ ਜੀ। ਅਤੇ ਇਸੇ ਤਰ੍ਹਾਂ ਹੁਣ ਅੱਜ ਇੱਥੇ ਹੀ ਰੁਕਾਂਗੇ, ਅਤੇ ਨਾਲੇ ਆਪਾਂ ਹੁਣ ਬਲੌਕ ਦੀ ਖਤਮ ਵੀ ਕਰੀਏ। ਅਤੇ ਮੇਰਾ ਖਿਆਲ ਕਾਫੀ 10-15 ਮਿੰਟ ਦਾ ਹੋ ਗਿਆ ਹੋਵੇਗਾ। ਇਸੇ ਤਰ੍ਹਾਂ ਆਪਾਂ ਜੁੜੇ ਰਹਿਣਾ, ਫਿਰ ਅਗਲੇ ਬਲੌਕ ਵਿੱਚ ਤਿਆਰੀ ਕਰਾਂਗੇ। ਇਸ ਵੇਲੇ ਇੱਥੇ ਆਪਾਂ ਸਮਾਪਤੀ ਕਰੀਏ, ਸਮਾਂ ਵੀ ਸ਼ਾਮ ਦਾ ਹੋ ਗਿਆ। ਅਤੇ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।